ਲੈ ਬਾਈ, ਨਾ ਰੋਟੀ ਨਾ ਪਾਣੀ, ਐਡੀ ਲੰਮੀ ਵਾਟ ਕਿੱਦਾਂ ਮੁਕਾਉਣੀ? ਓਏ, ਜਦੋਂ ਆਪਾਂ US ਟਰੱਕ ਸਟਾਪ ਤੇ ਟੈਂਕੀ ਆ ਨਾ ਫੁੱਲ ਕਰਾਉਣੀ, ਤਾਂ ਫੇਰ ਖਾਤਰਦਾਰੀ ਚ ਕੋਈ ਕਮੀ ਨਹੀਂ ਆਉਣੀ। US ਟਰੱਕ ਸ਼ਾਪ ਤੇ ਤੁਸੀਂ ਵੀ ਆਓ, ਫਿਲਅਪ ਕਰਾਓ, ਫ੍ਰੀ ਪਾਰਕਿੰਗ, ਫ੍ਰੀ ਸ਼ਾਵਰ ਤੇ ਲਜ਼ਤਦਾਰ ਫੂਡ ਯਾਨੀ ਭੋਜਨ ਦਾ ਆਨੰਦ ਉਠਾਓ ਤੇ ਫ੍ਰੀ ਵਾਈਫਾਈ ਵੀ ਪਾਓ। US ਟਰੱਕ ਸਟਾਪ, ਹਾਈਵੇ 95, ਐਗਜ਼ਿਟ 41, ਵਰਜੀਨੀਆ। ਕਾਲ ਕਰੋ 804-732-0201-804-732-0201। US ਟਰੱਕ ਸਟਾਪ। ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾਨੀਆਂ ਲਈ ਕੰਨੀ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀ। ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀਰ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ ਯੂਟਿਊਬ ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਇਸ ਤੋਂ ਇਲਾਵਾ ਐਪ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਵਿਹਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ। ਪ੍ਰੋਗਰਾਮ ਦਾ ਆਗਾਜ਼ ਕਰਦੇ ਟਿਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਅੰਮ੍ਰਿਤਸਰ ਤੋਂ ਅਹਿਮ ਖਬਰ ਆ ਰਹੀ ਹੈ। ਦੱਸ ਦਈਏ ਕਿ ਚੀਫ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਸੰਤੋਖ ਸਿੰਘ ਨੂੰ ਅੱਜ ਅਦਾਲਤ ਵੱਲੋਂ ਸਜ਼ਾ ਕਰ ਦਿੱਤੀ ਗਈ ਹੈ। ਕਿੰਨੀ ਸਜ਼ਾ ਹੋਈ ਹੈ ਇਹਦੇ ਬਾਰੇ ਜਸਵੀਰ ਸਿੰਘ ਭੱਟੀ ਹੋਰੀ ਸਾਡੇ ਨਾਲ ਜੁੜ ਗਏ ਨੇ। ਭੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ, ਕੀ ਸਾਰਾ ਮਾਮਲਾ ਹੈ ਜੀ, ਇਹ ਕਿਸ ਮਾਮਲੇ 'ਚ ਸਜ਼ਾ ਹੋਈ ਹੈ ਜੀ? ਮਾਮਲਾ ਜੀ, ਸਰਦਾਰ ਡਾਕਟਰ ਸੰਤੋਖ ਸਿੰਘ ਤੇ ਇਹਨਾਂ ਦਾ ਭਰਾ ਦੋ ਵਿਅਕਤੀ ਸਨ, ਜਿਹਨਾਂ ਲਈ ਇੱਕ ਲਖਬੀਰ ਸਿੰਘ ਵਿਅਕਤੀ ਸੀ, ਉਹ ਵੀ ਦੋ ਭਰਾ ਸੀ, ਜਿਹਨਾਂ ਧੋਖਾਧੜੀ ਕੀਤੀ ਸੀ ਜੀ। ਉਹਨਾਂ ਦੀ ਜ਼ਮੀਨ ਸੀ ਪਿੰਡ ਹੇਰ ਦੇ ਵਿੱਚ, ਤੇ ਉਸ ਜ਼ਮੀਨ ਦੇ ਉੱਤੇ ਇਹਨਾਂ ਨੇ ਉਹਨਾਂ ਦੀ ਗਰਦੌਰੀਆਂ ਬਦਲਾ ਕੇ, ਝੂਠੀਆਂ ਕਰਵਾ ਕੇ ਤੇ ਆਪਣੇ ਉੱਤੇ ਕਰਵਾਈ ਸੀ ਜੀ, ਗਲਤ ਜਿਹੜੀ ਸੀ ਉਹਦੀ ਜਲ ਸੱਜੀ ਕਰਕੇ। ਉਸ ਕੇਸ ਦੇ ਵਿੱਚ ਜਿਹੜਾ ਸੀ ਉਹ ਕਾਫੀ ਲੰਮੇ ਸਿਰ ਤੋਂ ਕੇਸ ਚੱਲ ਰਿਹਾ ਸੀ, ਔਰ ਉਸ ਕੇਸ ਦੇ ਵਿੱਚ ਕਰੀਬ ਕਰੀਬ 8 ਇਨਕੁਆਇਰੀਆਂ ਹੋਈਆਂ, 8 ਇਨਕੁਆਇਰੀਆਂ ਹੋਈਆਂ। ਅੱਛਾ ਜੀ। 8 ਦੀਆਂ 8 ਇਨਕੁਆਇਰੀਆਂ ਜਿਹੜੀਆਂ ਸੀ ਇਹਨਾਂ ਦੇ ਖਿਲਾਫ ਹੋਈਆਂ, IG ਲੈਵਲ ਤੱਕ, ਕਮਿਸ਼ਨ ਲੈਵਲ ਤੱਕ, SSP ਲੈਵਲ ਤੱਕ, ਫਿਰ SHO ਲੈਵਲ ਤੱਕ, ਤਹਿਸੀਲਦਾਰ ਲੈਵਲ ਤੱਕ ਇਨਕੁਆਇਰੀਆਂ ਹੋਈਆਂ ਜੀ। ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਉਸ ਕੇਸ ਨੂੰ, ਹਾਈਕੋਰਟ ਵੀ ਚੈਲੰਜ ਕੀਤਾ, ਬੜਾ ਕੁਛ ਕੀਤਾ, ਲੇਕਿਨ ਇਹਨਾਂ ਦੀ ਕਿਤੇ ਪੇਸ਼ ਨਹੀਂ ਗਈ। ਤੇ ਆਖਿਰਕਾਰ ਜਿਹੜਾ ਸੀ ਅੱਜ 2010 ਦਾ ਕੇਸ ਸੀ, ਸਿਵਲ ਇੰਥਾਣੇ ਦਰਜ ਕੀਤਾ ਸੀ ਕੇਸ। ਅੱਜ ਮਾਨਯੋਗ ਰਵਿੰਦਰ ਸਿੰਘ ਦਾਸੀ ਕੇ ਬਾਜਵਾ, ਉਹਨਾਂ ਨੇ ਇਹਨਾਂ ਨੂੰ CJ ਮਹਿਲ ਸੀ, ਉਹਨਾਂ ਨੇ 5 ਦੀ ਸਜ਼ਾ ਜੀ ਤੇ 10,000 ਰੁਪਏ ਜੁਰਮਾਨਾ ਜਿਹੜਾ ਸੁਣਾ ਦਿੱਤਾ, ਜਦਕਿ ਉਹਨਾਂ ਦਾ ਬ੍ਰਦਰ ਜਿਹੜਾ ਉਹ ਅਜੇ ਭਗੌੜਾ ਵਾ। ਅੱਛਾ ਜੀ। ਉਹ ਅਜੇ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ। ਔਰ ਇਹ ਦੂਸਰੇ ਪ੍ਰਧਾਨ ਨੇ 6 ਮਹੀਨੇ ਦੇ ਅੰਦਰ ਦੂਸਰੇ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਘਟਨਾ ਵਾਪਰਨੀ, ਚੀਫ ਖਾਲਸਾ ਦੀਵਾਨ ਦੇ ਉੱਤੇ ਜਿਹੜਾ ਉਹ ਬੜਾ ਤਕੜਾ ਧੱਬਾ ਵਾ ਜੀ। ਬਹੁਤ ਵੱਡੀ ਗੱਲ ਹੈ ਜੀ। ਬਹਿਮ SGPC ਤੋਂ ਬਾਅਦ ਜੇਕਰ ਵਿਦਿਅਕ ਮਸਲਿਆਂ ਦੇ ਉੱਤੇ ਗਿਣਿਆ ਜਾਵੇ ਤਾਂ ਚੀਫ ਖਾਲਸਾ ਦੀਵਾਨ ਵਿਦਿਅਕ ਅਤੇ ਧਰਮ ਪ੍ਰਚਾਰ ਲਈ ਅਹਿਮ ਸੰਸਥਾ ਮੰਨੀ ਜਾਂਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਆਪਣੇ ਦੀ ਚੀਫ ਖਾਲਸਾ ਦੀ, ਚੀਫ ਖਾਲਸਾ ਦੀਵਾਨ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਮਾਜਮਾਲ ਪਾਰਟੀ ਹੈ ਜੀ ਜੀ। ਇਹ ਦੋਵੇਂ ਇਹਦੇ ਵਿੱਚੋਂ ਨਿਕਲੇ ਚੀਫ ਖਾਲਸਾ ਦੀਵਾਨ ਤੋਂ ਜੀ ਜੀ। ਚੀਫ ਖਾਲਸਾ ਦੀਵਾਨ ਨੀ, ਪਹਿਲਾਂ ਖਾਲਸਾ ਦੀਵਾਨ ਹੁੰਦਾ ਸੀ, ਖਾਲਸਾ ਦੀਵਾਨ ਦੇ ਉੱਤੋਂ ਫਿਰ ਜਿਹੜਾ ਸੀ ਇਹ ਦੋ ਧੜੇ ਹੋ ਗਏ, ਇੱਕ ਖਾਲਸਾ ਦੀਵਾਨ ਲਾਹੌਰ ਬਣ ਗਿਆ, ਇੱਕ ਖਾਲਸਾ ਤੋਂ ਅੰਮ੍ਰਿਤਸਰ ਬਣ ਗਿਆ, ਫਿਰ ਆਜ਼ਾਦੀ ਤੋਂ ਬਾਅਦ ਇਹਨੂੰ ਇਕੱਠਿਆ ਕਰ ਦਿੱਤਾ ਗਿਆ, ਫਿਰ ਚੀਫ ਖਾਲਸਾ ਦਾ ਨਾਮ ਦਿੱਤਾ ਗਿਆ। ਇਸ ਕਰਕੇ ਚੀਫ ਖਾਲਸਾ ਦੀਵਾਨ ਨੇ ਬੜੇ ਰੰਗ ਰੱਖੇ ਆ ਜੀ, ਲੇਕਿਨ ਇਹ ਸੀ ਕਿ ਇਹਦੇ ਪ੍ਰਧਾਨ ਜਿਹੜੇ ਸੀ ਬੜੇ ਹਰੀ ਸਾਧਨੀ ਹੋਈ ਹੈ, ਇਹਦਾ ਅੰਮ੍ਰਿਤ ਸੈਕਟਰੀ ਸਰਦਾਰ ਸੰਤ ਸਿੰਘ ਰਹੇ ਨੇ ਜੀ, ਬੜੇ ਅਮੀਰ ਘਰਾਣੇ ਤੁਸੀਂ, ਜਿਹਨਾਂ ਦੇ ਵਿੱਚ ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ 7 ਕੋਠੀਆਂ ਉਹਨਾਂ ਦੀਆਂ ਇੱਥੇ ਹੈਗੀਆਂ ਸੀ, ਲੇਕਿਨ ਉਹ ਘਰੋਂ ਆਪਣੇ ਪੈਦਲ ਚੱਲਦੇ ਸੀ,
ਰਸਤੇ ਚ ਦੁਕਾਨਾਂ ਤੋਂ ਜਿਹੜੀ ਸੀ ਫੰਡ ਇਕੱਠਾ ਕਰਦੇ ਸੀ ਡੇਲੀ, ਜੀ ਜੀ ਫੰਡ ਇਕੱਠਾ ਲਿਆ ਕੇ ਇੱਥੇ ਜਮਾ ਕਰਾ ਕੇ ਰਸੀਦ ਤੇ ਸਾਈਨ ਕਰਾ ਕੇ ਦਿੰਦੇ ਸੀ ਤੇ ਫੰਡ ਲੈ ਮੇਰੇ ਕੋਲੋਂ ਤੁਸੀਂ। ਮਤਲਬ ਬੜੇ ਬਹੁਤ ਆਦਮੀ ਸੀ ਘਰੋਂ, ਲੇਕਿਨ ਉਹਨਾਂ ਨੇ ਜਿਹੜਾ ਸੀ ਬੜੀ ਸੇਵਾ ਕੀਤੀ ਜੀ। ਚੀਫ਼ ਖਾਲਸਾ ਦਰਬਾਰ ਦੇ ਸਰਦਾਰ ਕਿਰਪਾਲ ਸਿੰਘ ਵਰਗੇ ਪ੍ਰਧਾਨ ਰਹੇ ਨੇ, ਚੀਫ਼ ਖਾਲਸਾ ਦਰਬਾਰ ਦੇ ਸਰਦਾਰ ਸੁਰਜੀਤ ਸਿੰਘ ਵਰਗੇ ਪ੍ਰਧਾਨ ਰਹੇ ਨੇ, ਚੀਫ਼ ਖਾਲਸਾ ਦਰਬਾਰ ਦੇ ਵਿੱਚ ਜਿਹੜੇ ਉਹ ਜਿੱਡਾ ਸਾਹਿਬ ਜਿਹੜੇ ਪ੍ਰਧਾਨ ਪਹਿਲਾਂ ਰਹੇ, ਤੁਸੀਂ ਵੇਖੀ ਅੱਗੇ ਜਿਹਦਾ ਨਾਂ ਸੁਣਿਆ ਜਿਹਨਾਂ ਤੇ ਬੜਾ ਬੜਾ ਸੰਗੀਨ ਦੋਸ਼ ਲੱਗਾ ਸੀ ਚਿੱਤਰਹੀਣਤਾ ਜੀ 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 ਜੋ ਵੀ ਹੋਇਆ ਸੀ ਉਹਨਾਂ ਨੂੰ ਆਪਣਾ ਉਹਦਾ ਛੱਡਣਾ ਪਿਆ ਸੀ, ਉਹਨਾਂ ਦੇ ਪਰਚਾ ਦਰਜ ਹੋਇਆ ਸੀ, ਲੇਕਿਨ ਉਹਨੇ ਆਪਣੀ ਪਹੁੰਚ ਦਾ ਪਰਚਾ ਰੱਦ ਕਰਾ ਲਿਆ। ਲੇਕਿਨ ਜਿਹੜਾ ਕਲੰਕ ਲੱਗਾ ਮੱਥੇ ਤੇ ਉਹ ਅਜੇ ਤੱਕ ਬਰਕਰਾਰ, ਅਕਾਲ ਤਖ਼ਤ ਤੋਂ ਅਜੇ ਵੀ ਉਹ ਤਨਖਾਹੀ ਕਰ ਰਹਾ। ਸੋ ਦੂਸਰੀ ਲਈ ਦੂਜੀ ਘਟਨਾ ਆਪਣੀ, ਡਾਕਟਰ ਸੰਤੋਖ ਸਿੰਘ, ਡਾਕਟਰ ਸੰਤੋਖ ਸਿੰਘ ਨੇ ਇੱਕ ਕੰਮ ਨੀ ਕੀਤਾ ਜੀ, ਇਹਨਾਂ ਦੇ ਵੀ ਜੇ ਕਿਤੇ ਤੁਸੀਂ ਕਰੋ ਤੇ ਚੀਫ਼ ਖਾਲਸਾ ਨੂੰ ਇਹ ਲੁੱਟਣ ਵਾਲੇ ਬੰਦੇ ਨੇ। ਅੱਛਾ ਜੀ, 25 ਜੂਨ ਨੂੰ ਇਹਨਾਂ ਦੀ ਜਿਹੜੀ ਇਹ ਨਿਯੁਕਤੀ ਹੋਈ ਹੈ ਜੀ ਇੱਥੇ ਪ੍ਰਧਾਨ ਦੇ ਵਜੋਂ, ਲੇਕਿਨ ਇਹਨਾਂ ਨੇ ਇੱਕ ਇੱਥੇ ਡੰਪ ਜੀ ਕੂੜੇ ਦਾ ਡੰਪ, ਕੂੜੇ ਦੇ ਡੰਪ ਜਿਹੜਾ ਲਈ ਸੀ ਇਹਨਾਂ ਦਾ ਪ੍ਰਧਾਨ ਬੈਲ ਸਿੰਘ ਭੱਠੇ ਵਾਲਾ ਹੁੰਦਾ ਸੀ ਤੇ ਉਹ ਕਾਂਗਰਸ ਦਾ ਜਿਹੜਾ ਸੈਕਟਰੀ ਸੀ ਜਿਹੜਾ ਪ੍ਰਧਾਨ ਸੀਗਾ ਜੀ ਜੀ, ਉਹਨੇ ਕਰਾ ਕੇ ਉਹ ਜਗ੍ਹਾ ਲਈ ਸੀ ਤੇ ਉਹ ਜਗ੍ਹਾ ਦੇ ਉੱਤੇ ਇਹਨਾਂ ਨੇ ਜਿਹੜਾ ਸੀ ਕਾਰਪੋਰੇਸ਼ਨ ਦੀ ਜਿਹੜੀ ਸੀ ਨੋ NOC ਨਾ ਦੇਣ ਦੇ ਬਾਵਜੂਦ ਇੱਕ ਬਿਲਡਿੰਗ ਖੜੀ ਕਰ ਦਿੱਤੀ, ਔਰ ਇਹਨਾਂ ਨੇ ਮਹਿੰਗੇ ਭਾਅ ਦੇ ਜਗ੍ਹਾ ਵੇਚੀ ਚੀਫ਼ ਖਾਲਸਾ ਦਰਬਾਰ ਨੂੰ ਜੀ, ਡਾਕਟਰ ਸੰਤੋਖ ਸਿੰਘ ਨੇ ਮੈਂਬਰ ਹੁੰਦੇ ਆ ਤੇ ਚੰਡੇ ਦਰਕੇ ਵੇਚੀ ਜੀ, ਉਹਦੇ ਉੱਤੇ ਜਿੰਨੀਆਂ ਕੁੜੀਆਂ ਤੇ ਨਰਸਿੰਗ ਕਾਲਜ ਖੋਲਿਆ, ਜਿਹੜੀਆਂ ਕੁੜੀਆਂ ਜਿਹੜੀ ਕਾਫ਼ੀ ਬਿਮਾਰ ਰਹਿੰਦੀਆਂ ਉੱਥੇ, ਅੱਜ ਵੀ ਬਿਮਾਰ ਰਹਿੰਦੀਆਂ, ਕਈ ਹੋਸਟਲ ਛੱਡੀਆਂ, ਕਈ ਕਾਲਜ ਛੱਡੀਆਂ, ਇਸੇ ਕਰਕੇ ਵੀ ਅਸੀਂ ਬਿਮਾਰੀ ਨੇ ਜੇ ਪੜ੍ਹਾਂਗੇ ਤੇ ਕੀ ਜੀ। ਲੇਕਿਨ ਇਹ ਲੁੱਟਣ ਵਾਲੇ ਪਾਸੇ ਇਹਨਾਂ ਕੋਈ ਘੱਟ ਨਹੀਂ ਕੀਤੀ ਕਿਸੇ ਪਾਸਿਓਂ, ਇੱਕ ਨੀ ਬੜੇ ਕਿ ਭੱਠੇ ਦਾ ਮਾਮਲਾ ਸੀ ਉਹ ਵੀ ਲੁੱਟੇ, ਕੁਝ ਘੱਟ ਨਹੀਂ ਕੀਤੀ, ਲੇਕਿਨ ਆਖਿਰਕਾਰ ਕਹਿੰਦੇ ਹੁੰਦੇ ਉਹ 100 ਦਿਨ ਚੋਰ ਦਾ ਦੇਖ ਦਿਨ ਸਾਹ ਤਾਂ ਆਉਂਦਾ ਹੀ ਆ ਜੀ ਜੀ, ਅੱਜ ਹੁਣ ਕਾਬੂ ਆ ਗਿਆ, 5 ਸਾਲ ਦੀ ਸਜ਼ਾ ਹੋਈ ਹੈ, 10 ਸਾਲ ਦੀ ਜੁਰਮਾਨਾ ਹੋਇਆ ਵਾ ਤੇ ਇਹ ਮੇਰਾ ਨਾਲ ਹੀ ਗਲੇ ਫੜਕੇ ਜੇਲ੍ਹ ਦੇ ਦਿੱਤਾ ਵਾ। ਹਾਂਜੀ, ਇਹੋ ਜਿਹੇ ਬੰਦਾ ਜਿਹੜਾ ਆਪਣੀ ਬੜੀ ਆਨਸ਼ਾਨ ਨਾਲ ਗਿਆ ਵੇ ਘਰੋਂ, ਤੁਹਾਨੂੰ ਇਹ ਆਜ ਹੀ ਨਾ ਹੋਵੇ ਮੇਰੀ ਮੈਨੂੰ ਸਜ਼ਾ ਹੋ ਜਾਏਗੀ, ਤੇ ਉਹਨੂੰ ਸਜ਼ਾ ਹੋ ਜਾਣੀ ਇੱਕ ਬੜੀ ਵੱਡੀ ਗੱਲ, ਔਰ ਇਹ ਪੰਥ ਦੇ ਉੱਤੇ ਜਿਹੜਾ ਇੱਕ ਬੜਾ ਤਕੜਾ ਜਿਹੜਾ ਇੱਕ ਮੈਂ ਸੋਚਦਾ ਚੀਫ਼ ਖਾਲਸਾ ਦੀਵਾਨ ਦੇ ਕਿਰਦਾਰ ਦੇ ਉੱਤੇ ਇੱਕ ਕਲੰਕ ਲੱਗ ਗਿਆ। ਬਿਲਕੁਲ, ਬਹੁਤ ਵੱਡੀ ਗੱਲ ਹੈ ਕਿ ਲਗਾਤਾਰ 2 ਜਿਹੜੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਫਾਰਗ ਕਰਨਾ ਪਿਆ ਉਹਨਾਂ ਦੀਆਂ ਕਰਤੂਤਾਂ ਕਰਕੇ, ਤੇ ਹੁਣ ਅਗਲਾ ਪ੍ਰਧਾਨ ਕੌਣ ਹੋ ਸਕਦਾ ਜੀ? ਵੇਖੋ ਜੀ, ਹਾਲ ਦੀ ਕਰੀ ਕੱਲ ਇਹਨਾਂ ਦੀ ਮੀਟਿੰਗ, ਆਮ ਤੌਰ ਤੇ ਜਿਹੜਾ ਸੀਨੀਅਰ ਮੋਸਟ ਹੁੰਦਾ ਸੀਨੀਅਰ ਮੀਤ ਪ੍ਰਧਾਨ ਉਹੀ ਪ੍ਰਧਾਨ ਬਣਦਾ ਵਾ ਜੀ, ਲੇਕਿਨ ਇਹਦੇ ਵਿੱਚ ਉਹਦੇ ਧਨਵੰਤ ਸਿੰਘ ਹੋ ਰਹੀ ਹੈ, ਧਨਵੰਤ ਸਿੰਘ ਦੇ ਬੜੇ ਦੋਸ਼ ਹੈਗੇ, ਲੇਕਿਨ ਪਿਛਲੀ ਵਾਰੀ ਪ੍ਰਧਾਨ ਰਹੇ ਸੀ ਉਸ ਤੇ ਰਹੇ ਸੀ ਵੀ ਬਾਅਦ ਦੇ ਵਿੱਚ ਉਹਨਾਂ ਸਮਝੌਤਾ ਕਰ ਲਿਆ ਸੀ ਵੀ ਥੋੜੇ ਸਮੇਂ ਚ ਅਸੀਂ ਇਲੈਕਸ਼ਨ ਕਰਵਾ ਦੇਵਾਂਗੇ ਜੀ, ਦੂਸਰੇ ਪਾਸੇ ਇਲੈਕਸ਼ਨ ਵੀ ਡਰੂ ਹੈ ਇਹਨਾਂ ਦੀ, ਇਹ ਇਲੈਕਸ਼ਨ ਜਿਹੜੀ ਹੈ ਜੀ ਜਨਵਰੀ ਫਰਵਰੀ ਜਾਂ ਦਸੰਬਰ ਚ ਹੋਣੀ ਆ ਜੀ, ਉਹ ਪਹਿਲਾਂ ਵੀ ਕਰਵਾਈ ਜਾ ਸਕਦੀ ਆ। ਹੁਣ ਉਮੀਦ ਆ ਤੇ ਕੱਲ ਦੀ ਪ੍ਰਧਾਨਗੀ, ਕੱਲ ਮੀਟਿੰਗ ਜਿਹੜੀ ਇਹਨਾਂ ਦੀ ਹੋ ਰਹੀ ਆ ਐਗਜ਼ੀਕਟਿਵ ਦੀ, ਉਹਦੀ ਪ੍ਰਧਾਨਗੀ ਜਿਹੜੀ ਕਰਨਗੇ ਆਪਣੇ ਧਨਵੰਤ ਸਿੰਘ ਹੋਰੀ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਜੀ ਜੀ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਵੇਖੋ ਇਹ ਉੱਥੇ ਕਮੇਟੀ ਬਣਦੀ ਆ ਨਹੀਂ ਬਣਦੀ, ਕਿਉਂਕਿ ਜਦੋਂ ਪਿੱਛੇ ਜੇ ਡਾਕਟਰ ਸੰਤੋਖ ਸਿੰਘ ਹੋਈ ਵਿਦੇਸ਼ ਗਏ ਸੀ ਤੇ ਉਹ ਜਾਣ ਤੋਂ ਲੈ ਕੇ 5 ਮੈਂਬਰ ਦੀ ਕਮੇਟੀ ਬਣਾ ਗਏ ਸੀ ਜੀ, ਕਿ ਮੇਰੇ ਤੋਂ ਬਾਅਦ ਕੋਈ ਵਿਅਕਤੀ ਨੀ, ਇਹ 5 ਮੈਂਬਰੀ ਕਮੇਟੀ ਜਿਹੜੀ ਸਾਰਾ ਪ੍ਰਬੰਧ ਵੇਖੇਗੀ, ਪੋਸੀਬਿਲਟੀ ਕੀ ਉਸੇ ਜਿਹੜੀ ਕਮੇਟੀ ਨੂੰ ਫਿਰ ਸੁਰਜੀਤ ਕਰ ਦਿੱਤਾ ਜਾਵੇਗਾ, ਲੇਕਿਨ ਇਹ ਫੈਸਲਾ ਕੱਲ ਦੀ ਮੀਟਿੰਗ ਚ ਹੋਏਗਾ ਵੀ ਪ੍ਰਧਾਨ ਤੁਸੀਂ ਥਾਪਣਾ ਵਾ ਜੀ, ਕਾਰਜਕਾਰੀ ਪ੍ਰਧਾਨ ਥਾਪਣਾ ਵਾ, ਜਾਂ ਫਿਰ
ਜਾਂ ਫਿਰ ਜਿਹੜੇ ਵੀ ਤੁਸੀਂ ਇਹਦੇ ਵਿੱਚ ਜਿਹੜਾ ਉਹ ਕਮੇਟੀ ਨੇ ਕੰਮ ਕਰਨਾ ਵਾ। ਪਹਿਲੀ ਗੱਲ ਤੇ ਆ ਵੀ ਸਭ ਤੋਂ ਪਹਿਲਾਂ ਫਾਰਗ ਕਰਨਾ ਪਊਗਾ ਉਹਨਾਂ ਨੂੰ, ਜਿਹੜੀ ਸੀ ਸਰਬ ਸੰਮਤੀ ਨਾਲ ਡਾਕਟਰ ਜਗਦੋਸ਼ ਸਿੰਘ ਡਿਸਮਿਸ ਕਰਨਾ ਪਊਗਾ ਪ੍ਰਧਾਨਗੀ ਤੋਂ, ਜੀ ਜੀ ਮੈਂਬਰੀ ਤੋਂ ਡਿਸਮਿਸ ਕਰਨਾ ਪਵੇਗਾ। ਉਸ ਤੋਂ ਬਾਅਦ ਫਿਰ ਪ੍ਰਧਾਨਗੀ ਦੀ ਗੱਲ ਆਉਂਦੀ, ਉਮੀਦ ਆ ਵੀ ਬਹੁਤ ਪ੍ਰੇਬਲੀ ਹੋ ਸਕਦਾ ਵੀ ਪੋਸੀਬਿਲਿਟੀ ਇੱਕ ਮਹੀਨੇ ਵਾਸਤੇ ਜਾਂ ਡੇਢ ਮਹੀਨੇ ਵਾਸਤੇ ਸਰਦਾਰ ਧਮਾਨਸੀ ਜਿਹੜੇ ਪਹਿਲਾਂ ਵੀ ਪ੍ਰਧਾਨ ਹੈ ਚਿੱਟੇ ਦੋ ਤਿੰਨ ਮਹੀਨੇ, ਉਹਨਾਂ ਨੂੰ ਫਿਰ ਸੇਵਾ ਦਾ ਮੌਕਾ ਦਿੱਤਾ ਜਾਵੇ। ਔਰ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਇਹ ਬਣਦਾ ਵਾ ਕਿ ਉਹਨੂੰ ਜਿਹੜਾ ਸੀਨੀਅਰ ਨੀਤ ਪ੍ਰਧਾਨ ਉਹ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕੰਮ ਕਰਦਾ। ਜੀ ਜੀ, ਸੋ ਹੋਰ ਕੁਝ ਖਾਸ ਜੀ ਇਸ ਤੋਂ ਇਲਾਵਾ ਸਿੱਖ ਸਿਆਸਤ ਦਾ? ਜੀ ਸਿੱਖ ਸਿਆਸਤ ਦੇ ਹੋਰ ਮੇਨ ਤੇ ਤੁਹਾਡੀ ਆਪਾਂ ਗੱਲ ਕੀਤੀ ਇਹੀ, ਅੱਜ ਦਾ ਇਸ਼ੂ ਤੇ ਜਿਹੜਾ ਭਾਗਦਾ ਇਸ਼ੂ ਉਹੀ ਆ ਜੀ ਕਿ ਚੀਫ ਖਾਲਸਾ ਦੀਵਾਨ ਦੇ ਜੇ ਪ੍ਰਧਾਨ ਨੂੰ ਸਜ਼ਾ ਹੁੰਦੀ ਤੇ ਇੱਕ ਪੰਥ ਦੇ ਵਿੱਚ ਇੱਕ ਬੜੀ ਵੱਡੀ ਇੱਕ ਘਟਨਾ ਵਾਪਰਨ ਵਾਲੀ ਗੱਲ ਕਹਿ ਸਕਦੇ ਹਾਂ ਆਪਾਂ, ਇੱਕ ਬੰਬ ਡਿੱਗਣ ਵਾਲੀ ਗੱਲ ਆ ਜੀ। ਇਹੋ ਜਿਹੀ ਇੱਕ ਧਾਰਮਿਕ ਸੰਸਥਾ ਦਾ ਕੰਮ ਹੀ ਬਸ ਧਾਰਮਿਕ ਵਿਦਿਆ ਦੇਣਾ ਤੇ ਸਮਾਜਿਕ ਵਿਦਿਆ ਦੇਣਾ, ਦੁਨਿਆਵੀ ਵਿਦਿਆ ਦੇਣਾ। ਉਸ ਸੰਸਥਾ ਦੇ ਉੱਤੇ ਇਹੋ ਜਿਹਾ ਬੰਬ ਡਿੱਗਦਾ ਤੇ ਫਿਰ ਤੁਸੀਂ ਆਪ ਹੀ ਸਿਆਣੇ ਹੋ ਵੀ ਉਹ ਸੰਸਥਾ ਦੇ ਪੱਲੇ ਕੀ ਰਹਿੰਦਾ ਵਾ, ਕਿਉਂਕਿ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਕੇਸ ਉਹ ਵੀ ਚੱਲ ਰਿਹਾ ਵਾ ਅਦਾਲਤ ਦੇ ਵਿੱਚ। ਉਹ ਇਹ ਆ ਵੀ ਇਹਨਾਂ ਨੇ ਚੱਡਾ ਸਾਹਿਬ ਦੇ ਟਾਈਮ ਤੇ 15 ਕਰੋੜ ਰੁਪਇਆ ਬੱਚਿਆਂ ਕੋਲ ਵੱਧ ਇਕੱਠਾ ਕੀਤਾ ਸੀਗਾ। ਅੱਛਾ ਜੀ। ਉਸ ਕੇਸ ਦੇ ਵਿੱਚ ਅਦਾਲਤ ਨੇ ਕਿਹਾ ਵੀ ਇਹ ਪੈਸੇ ਵਾਪਸ ਕਰੋ, ਇਹਨਾਂ ਦੇ ਸਟੇ ਜਿਹਾ ਸੀ ਟੈਂਪਰੇਰੀ, ਹਾਂਜੀ ਜਿਹਨੂੰ ਇੰਟਰਨਲ ਸਟੇ ਕਹਿੰਦੇ ਆ, ਉਹ ਸਟੇ ਜ਼ਰੂਰ ਮਿਲਿਆ ਸੀ ਲੇਕਿਨ ਉਹ ਸਟੇ ਤੋਂ ਬਾਅਦ ਜੇ ਸਟੇ ਟੁੱਟ ਜਾਂਦਾ ਤੇ 15 ਕਰੋੜ ਰੁਪਇਆ ਉਹ ਵੀ ਇਹਨਾਂ ਨੂੰ ਵਾਪਸ ਕਰਨਾ ਪਵੇਗਾ। ਜੀ 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 ਜੀ। ਲੇਕਿਨ ਇਸ ਵੇਲੇ ਜੇ ਚੀਫ ਖਾਲਸਾ ਦੀਵਾਨ ਨੂੰ ਨਰੋਲ ਧਾਰਮਿਕ ਤੇ ਸਮਰਪਿਤ ਭਾਵਨਾ ਵਾਲੇ ਵਿਅਕਤੀਆਂ ਦੀ ਲੋੜ ਆ, ਲੇਕਿਨ ਉਹ ਕੁਝ ਦਿਖਾਈ ਨਹੀਂ ਦੇ ਰਿਹਾ ਉੱਥੇ ਜੋ ਕੁਛ ਵੀ ਇੱਥੇ ਹੋ ਰਿਹਾ। ਧਨਵਾਨ ਸਿੰਘ ਹੋਰਾਂ ਤੇ ਇਹ ਦੋਸ਼ ਸੀਗਾ, ਬੜਾ ਵੱਡਾ ਦੋਸ਼ ਸੀਗਾ ਜੋ ਸਾਡੀ ਮਰਿਆਦਾ ਤੇ ਸਾਡੇ ਪੰਥ ਦੇ ਤੇ ਸਾਡੀ ਅਕੀਦੇ ਦੇ ਖਿਲਾਫ਼ ਆ। ਉਹਨਾਂ ਨੇ ਆਪਣੀ ਪਹਿਲੀ ਘਰਵਾਲੀ ਦੇ ਹੁੰਦਿਆਂ ਉਹਨੂੰ ਤਲਾਕ ਦਿੱਤਿਆਂ ਬਗੈਰ ਦੂਸਰੀ ਘਰੀ ਘਰਵਾਲੀ ਇੱਕ ਰੱਖੀ ਸੀ ਬਿਨਾਂ ਕੋਈ ਲਾਵਾਂ ਲਿਆ। ਅੱਛਾ ਜੀ। ਉਹਦੇ ਵਿੱਚੋਂ ਬੱਚੇ ਵੀ ਪੈਦਾ ਕੀਤੇ ਉਹਨਾਂ ਨੇ ਬਾਅਦ ਦੇ ਵਿੱਚ, ਕਿਤੇ ਜਿਵੇਂ ਵਿਆਹ ਕਰਿਆ ਲੈਣੇ ਉਹੋ ਜਿਹੇ ਇਹੋ ਜਿਹੇ ਬੰਦੇ ਜੇ ਹੋਣਗੇ ਦੱਸੋ ਲੋਕ ਤਾਂ ਆਪਾਂ ਕੀ ਆਸ ਰੱਖ ਸਕਦੇ ਹਾਂ। ਇਸ ਕਰਕੇ ਚੀਫ ਖਾਲਸਾ ਦੀਵਾਨ ਨੂੰ ਇਸ ਵੇਲੇ ਬੜੇ ਨਰੋਲ ਵਧੀਆ ਧਾਰਮਿਕ ਵਿਅਕਤੀ ਸੰਤ ਸਿੰਘ ਵਰਗੇ ਚਾਹੀਦੇ ਜਿਹੜੇ ਇਹਦਾ ਪ੍ਰਬੰਧ ਵੇਖ ਸਕਣ। ਜੇ ਇਹ ਨਹੀਂ ਵੇਖਦੇ ਤੇ ਇਹ ਸ਼੍ਰੋਮਣੀ ਕਮੇਟੀ ਜੋ ਗਦਰ ਮੱਚਿਆ ਭ੍ਰਿਸ਼ਟਾਚਾਰ ਦਾ ਉਹ ਵੀ ਇੱਥੇ ਮੱਚਿਆ ਰਹੇਗਾ, ਤੇ ਸੀਜੇ ਸੰਸਥਾ ਦੀ ਜਿੱਦਾਂ ਸ਼੍ਰੋਮਣੀ ਕਮੇਟੀ ਚ ਗਿਰਾਵਟ ਆਈ ਆ, ਗਿਰਾਵਟ ਆਉਣੀ ਸ਼ੁਰੂ ਹੋ ਗਈ, ਉਹਨੂੰ ਬਚਾਉਣ ਦੀ ਸਖ਼ਤ ਲੋੜ ਆ। ਉਹਦੇ ਵਾਸਤੇ ਜਿਹੜੇ ਸਾਡੇ ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਪਊਗਾ। ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਰਦਾਰ ਜਸਵੀਰ ਸਿੰਘ ਪੱਟੀ ਜੀ, ਬਹੁਤ ਬਹੁਤ ਮਿਹਰਬਾਨੀ। ਸ਼ੁਕਰੀਆ। ਸੋ ਇਹ ਸਨ ਜੀ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਜਿਨ੍ਹਾਂ ਨੇ ਦੱਸਿਆ ਤੁਹਾਨੂੰ ਕਿ ਚੀਫ ਖਾਲਸਾ ਦੀਵਾਨ ਦੇ ਜਿਹੜੇ ਮੁਖੀ ਨੇ ਜੀ, ਉਹਨਾਂ ਨੂੰ ਜਿਹੜੇ ਸੰਤੋਖ ਸਿੰਘ ਨੇ, ਉਹਨਾਂ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਧੋਖਾਧੜੀ ਮਾਮਲੇ 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਦੀ ਨਾਲ ਜੇਲ੍ਹ ਵੀ ਭੇਜ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਡਾਕਟਰ ਸੰਤੋਖ ਸਿੰਘ ਚਰਨਜੀਤ ਚੱਡਾ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਨਿਯੁਕਤ ਕੀਤੇ ਗਏ ਸਨ, ਅਤੇ ਇਹ ਵੀ ਦੱਸਣਾ ਬਣਦਾ ਕਿ ਇਹ ਮਾਮਲਾ ਪਿੰਡ ਹੇਰ ਵਿੱਚ 12 ਕਨਾਲ 11 ਮਰਲੇ ਜ਼ਮੀਨ ਨਾਲ ਜੁੜਿਆ, ਜੋ ਪਿਛਲੇ 12 ਸਾਲਾਂ ਤੋਂ ਚੱਲ ਰਿਹਾ ਸੀਗਾ, ਅਤੇ ਇਹ ਜਿਹੜੀ ਸੁਣਵਾਈ ਅਦਾਲਤੀ ਸੁਣਵਾਈ ਜਿਹੜੀ ਹੈ 5 ਸਾਲਾਂ ਜਿਹੜੀ ਹੈ ਇਹਦੇ ਵਿੱਚ ਸਜ਼ਾ ਸੁਣਾਈ ਗਈ ਹੈ।